ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਮੈਂ ਤੁਹਾਡੀ ਭੈਣ ਪੰਜਾਬੀ ਪਠਾਣੀ ਤੁਸੀਂ ਦੇਖ ਰਹੇ ਹੋ ਮੇਰੇ ਯੂਟਿਊਬ ਚੈਨਲ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਆਬਾਦ ਰੱਖੇ ਇਸੇ ਦੁਆ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਕੱਲ੍ਹ ਲਓ ਮਾਸ਼ਾਅੱਲਾ ਸੁਬਹ ਸੁਬਹ ਟਾਈਮ ਆ ਬਿਲਾਲ ਨੇ ਤਿਆਰੀ ਕਰ ਲਈ ਆ ਅਤੇ ਸਕੂਲ ਜਾਣ ਦੀ ਅਤੇ ਨਾਸ਼ਤਾ ਨਾ ਮੈਂ ਬਿਲਾਲ ਨੂੰ ਦੇ ਦਿੱਤਾ ਅਤੇ ਬਾਕੀ ਰੋਟੀ ਜਿਹੜੀ ਆ ਨਾ ਉਹ ਮੈਂ ਬਣਾ ਲਈ ਆ ਅਤੇ ਹੁਣ ਨਾ ਮੈਂ ਬਣਾਉਣ ਲੱਗੀ ਹਾਂ ਆਂਡੇ ਇੱਕ ਚੁੱਲ੍ਹਾ ਜਿਹੜਾ ਵਾ ਨਾ ਤਵਾ ਉੱਚਾ ਨੀਵਾਂ ਹੈਗਾ ਅਤੇ ਬਾਕੀਆਂ ਵਾਸਤੇ ਨਾ ਰੋਟੀ ਜਿਹੜੀ ਆ ਨਾ ਉਹ ਮੈਂ ਪਹਿਲੇ ਬਣਾ ਲਈ ਅਤੇ ਹੁਣ ਮੈਂ ਆਂਡੇ ਜਿਹੜੇ ਆ ਨਾ ਇਹ ਬਣਾ ਲਵਾਂ ਅਤੇ ਸਾਰਿਆਂ ਦੇ ਮੈਂ ਨਾ ਇਕੱਠੀ ਆਂਡੇ ਬਣਾਏ ਆ ਲਾਲ ਨਾਸ਼ਤਾ ਕਰ ਰਿਹਾ ਵਾ ਕਿਉਂ ਇਹਨੇ ਜਾਣਾ ਵਾ ਸਕੂਲ ਬੱਬੀ ਨੂੰ ਵੀ ਅਸੀਂ ਨਾ ਦੂਸਰਾ ਨਵਾ ਕੇ ਦੁੱਧ ਸ਼ੁੱਧ ਪਿਲਾ ਕੇ ਉਹ ਬੰਨੀ ਹੋਈ ਆ ਅਤੇ ਵਾਕ ਵੀ ਕਰਕੇ ਆ ਗਈ ਆ ਦੂਸਰਾ ਮਰੀਜ਼ ਦੇ ਨਾਲ ਅਤੇ ਹੁਣ ਨਾ ਬੈਠੀ ਸੀਗੀ ਖੜੀ ਹੋਈ ਆ ਇੱਧਰ ਨਾ ਪਰਾਂਠੇ ਮੈਂ ਬਣਾਏ ਆ ਅਤੇ ਅੱਜ ਨਾ ਸਾਨੂੰ ਨਾ ਬਹੁਤ ਹੀ ਜ਼ਿਆਦਾ ਕੰਮ ਆ ਇਹਨੇ ਕੰਮ ਆ ਨਾ ਅਤੇ ਥੋੜ੍ਹੇ ਜਿਹੇ ਨਹੀਂ ਕਾਫੀ ਸਾਰੇ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਅਤੇ ਪਹਿਲੇ ਮੈਂ ਕਿਹਾ ਨਾਸ਼ਤਾ ਜਿਹੜਾ ਵਾ ਨਾ ਸੁਬਹਾ ਸੁਬਹਾ ਨਾ ਕਰ ਲਈਏ ਅਤੇ ਉਸ ਤੋਂ ਬਾਅਦ ਇਹ ਜਿਹੜੀ ਰੋਟੀ ਆ ਨਾ ਇਹਨੂੰ ਭਿੰਗ ਕੇ ਰੱਖੀ ਆ ਤੋਤਿਆਂ ਵਾਸਤੇ ਅਤੇ ਉਹਨਾਂ ਬੜੇ ਸ਼ੌਕ ਨਾਲ ਖਾਂਦੇ ਆ ਅਤੇ ਮੈਂ ਕਿਹਾ ਪਹਿਲੇ ਨਾ ਨਾਸ਼ਤਾ ਤਿਆਰ ਕਰਾਂ ਅਤੇ ਫਿਰ ਉੱਪਰ ਜਾਵਾਂਗੀ ਇਹਨਾਂ ਨੂੰ ਦਾਣਾ ਪਾਣੀ ਪਾਵਾਂਗੀ ਤੋਤਿਆਂ ਨੂੰ ਅਤੇ ਚੂਦਿਆਂ ਨੂੰ ਵੈਸੇ ਤਾਂ ਨਾ ਦੂਸਰਾ ਸੁਬਹਾ ਸੁਬਹਾ ਨਾ ਮੈਂ ਚੂਜ਼ਿਆਂ ਨੂੰ ਖੋਲ੍ਹ ਲੈਂਦੀ ਹਾਂ ਲੇਕਿਨ ਅੱਜ ਨਾ ਕਾਫੀ ਸਾਰਾ ਕੰਮ ਆ ਅਤੇ ਚੂਜ਼ਿਆਂ ਨੂੰ ਨਾ ਅੱਜ ਨਹੀਂ ਮੈਂ ਖੋਲ੍ਹਣਾ ਅਤੇ ਸ਼ਾਮ ਨੂੰ ਨਾ ਖੋਲ੍ਹਾਂਗੀ ਅਤੇ ਸਮਾਨ ਜਿਹੜਾ ਵਾ ਨਾ ਅਸੀਂ ਸਾਰਾ ਬਾਹਰ ਕੱਢਿਆ ਵਾ ਕੱਢ ਕੇ ਨਾ ਅਤੇ ਪਹਿਲੇ ਨਾ ਉੱਪਰਲੇ ਕਮਰਿਆਂ ਦੀ ਕੰਮ ਸ਼ੁਰੂ ਕਰਾਂਗੇ ਰੰਗ ਰੂੰਗ ਜਿਹੜਾ ਹੈਗਾ ਨਾ ਪਹਿਲੇ ਤਾਂ ਅਸੀਂ ਕਿਹਾ ਸੀ ਵਾਲਪੇਪਰ ਲਵਾਵਾਂਗੇ ਲੇਕਿਨ ਵਾਲਪੇਪਰ ਨਹੀਂ ਅਸੀਂ ਹੁਣ ਉਹ ਨਾ ਅਸੀਂ ਨਾ ਹੁਣ ਰੰਗ ਹੀ ਕਰ ਦੇਣਾ ਵਾ ਅਤੇ ਹੁਣ ਪਹਿਲੇ ਉੱਪਰ ਵਾਲਾ ਪੋਸ਼ਨ ਜਿਹੜਾ ਵਾ ਨਾ ਉਹ ਰੰਗ ਕਰਾਂਗੇ ਅਤੇ ਰੰਗ ਵਗੈਰਾ ਨਾ ਰਾਤ ਨੂੰ ਲੇਟ ਆਇਆ ਅਤੇ ਹੁਣ ਭਾਈ ਉਰੇ ਆਉਣਗੇ ਜਿਹੜੇ ਰੰਗ ਵਾਲੇ ਆ ਅਤੇ ਉਸ ਤੋਂ ਬਾਅਦ ਨਾ ਰੰਗ ਸ਼ੁਰੂ ਹੋਏਗਾ ਸਮਾਨ ਕੁਛ ਇੱਧਰ ਰੱਖਿਆ ਵਾ ਕੁਛ ਇੱਧਰ ਅਤੇ ਇਹ ਬੈੱਡ ਜਿਹੜਾ ਵਾ ਨਾ ਇਹ ਖੁੱਲ੍ਹ ਜਾਂਦਾ ਵਾ ਅਤੇ ਗੱਦਾ ਜਿਹੜਾ ਵਾ ਨਾ ਉਹ ਖੜ੍ਹਾ ਕੀਤਾ ਅਤੇ ਅੰਦਰ ਵਾਲਾ ਕਮਰਾ ਨਾ ਬਿਲਕੁਲ ਹੀ ਗਿੱਲਾ ਕਰ ਲਿਆ ਅਤੇ ਇਹ ਮੈਂ ਕਿਹਾ ਚੂਜ਼ੇ ਜਿਹੜੇ ਆ ਨਾ ਇਹਨਾਂ ਨੂੰ ਨਾ ਇੱਥੋਂ ਧੋ ਕੇ ਨਾ ਪਾਣੀ ਪੂਣੀ ਪਾ ਕੇ ਅਤੇ ਦਾਣਾ ਇੱਥੋਂ ਪਾ ਲੈਣਾ ਵਾ ਮਾਸ਼ਾਅੱਲਾ ਸਮਾਨ ਆ ਰਿਹਾ ਵਾ ਅਤੇ ਬੰਦੇ ਆ ਗਏ ਆ ਹੁਣ ਮਾਸ਼ਾਅੱਲਾ ਸ਼ੁਰੂ ਕਰਨਗੇ ਕਹਿੰਦੇ ਸਮਾਨ ਪੂਰਾ ਕਰ ਲਈਏ ਇੱਥੇ ਨਾਲ ਹਮਸਾਇਆਂ ਦਾ ਘਰ ਬਣਦਾ ਸੀਗਾ ਅਤੇ ਉੱਥੇ ਕੰਮ ਸ਼ੁਰੂ ਕੀਤਾ ਇਹਨਾਂ ਨੇ ਮੈਂ ਕਿਹਾ ਚਲੋ ਸਾਡਾ ਵੀ ਰੰਗ ਕਰ ਦਿਓ
ਹੁਣ ਜੀ ਪਹਿਲੇ ਰੰਗ ਮਿਕਸ ਕਰਨਗੇ, ਇਸ ਤੋਂ ਬਾਅਦ ਫਿਰ ਸ਼ੁਰੂ ਕਰਨਗੇ ਛੱਤਾਂ ਨੂੰ। ਇਹ ਫੀਲਿੰਗ ਬਾਅਦ ਵਿੱਚ ਕਰਨੀ ਛੱਤ ਪਹਿਲੇ ਕਰਕੇ? ਹਾਂਜੀ, ਛੱਤ ਮੁਕੰਮਲ ਹੋ ਗਈ, ਉਸ ਤੋਂ ਬਾਅਦ ਸ਼ੁਰੂ ਕਰਾਂਗੇ। ਨੀਚੇ ਜੀ ਬੇਗਮ ਸਾਹਿਬਾ ਬਬਲੀ ਨੂੰ ਨਵਾ ਰਹੀ ਆ। ਬਬਲੀ ਚਲੇ ਗਏ, ਫੜ ਲਾ ਹਲੇ ਰੁਸ ਬਬਲੀ। ਹੁਣ ਜੀ ਮਾਸ਼ਾਅੱਲਾ ਪਹਿਲਾਂ ਇਹਨਾਂ ਨੇ ਰੇਕ ਮਾਰ ਲਾਇਆ ਅਤੇ ਹੁਣ ਰੰਗ ਕਰ ਰਹੇ ਆ। ਪਹਿਲਾ ਕੋਡ ਸ਼ੁਰੂ ਕੀਤਾ ਇਹਨਾਂ ਨੇ। ਉਹਨਾਂ ਨੇ ਅਸੀਂ ਇਹਨੂੰ ਬਾਹਰ ਲੈ ਕੇ ਜਾਈਏ ਤੇ ਰਸਤੇ ਦੇ ਵਿੱਚ
ਅੱਜ ਤੇ ਖਤਮ ਹੋ ਜਾਵੇ ਤੇ ਫਿਰ ਨਾ ਟੈਨਸ਼ਨ ਲੱਗੀ ਰਹੇਗੀ ਤੇ ਨਾਲੇ ਮੇਰੀ ਨਾ ਵੈਸੇ ਹੀ ਪਹਿਲੇ ਕੁਛ ਦਿਨ ਤਬੀਅਤ ਖਰਾਬ ਰਹੀ ਆ ਕੁਛ ਦਿਨ ਤੇ ਫਿਰ ਡ੍ਰਿਪ ਲੱਗੀ ਦਵਾਈ ਵਗੈਰਾ ਲਈ ਅੱਜ ਨਾ ਮੇਰੀ ਫਿਰ ਤਬੀਅਤ ਨਾ ਸਹੀ ਨਹੀਂ ਹੈਗੀ ਤੇ ਮੈਂ ਕਿਹਾ ਚੱਲ ਇੱਥੇ ਨਾ ਪੀੜ ਤੇ ਬੈਠ ਕੇ ਸਭ ਬਣਾ ਲਵਾਂਗੀ ਮਸ਼ਾਲਾ ਸਾਲਣ ਸਾਡਾ ਤਿਆਰ ਹੋ ਗਿਆ ਵਾ ਤੇ ਇਹਦੇ ਵਿੱਚ ਨਾ ਪਾਵਾਂਗੀ ਥੋੜ੍ਹੀ ਜਿਹੀ ਮੇਥੀ ਕਿਉਂ ਆਲੂ ਜਿਹੜੇ ਆ ਨਾ ਮੇਥੀ ਦੇ ਨਾਲ ਨਾ ਬੜੇ ਮਜ਼ੇ ਦੇ ਲੱਗਦੇ ਆ ਖੁਸ਼ਬੂ ਵਾਸਤੇ ਨਾ ਮੇਥੀ ਬਹੁਤ ਹੀ ਅੱਛੀ ਆ ਅਤੇ ਇੱਧਰ ਨਾ ਧਨੀਆ ਜਿਹੜਾ ਵਾ ਨਾ ਇਹ ਮੈਂ ਧੋ ਲਿਆ ਵਾ ਅਤੇ ਇਸ ਤਰ੍ਹਾਂ ਨਾ ਇਹਨੂੰ ਕੱਟਾਂਗੀ ਰਹੀ ਥੋੜ੍ਹਾ ਜਿਹਾ ਨਾ ਇਹਦੇ ਵਿੱਚ ਪਾਵਾਂਗੀ ਗਰਮ ਮਸਾਲਾ ਅਤੇ ਮਸ਼ਾਲਾ ਆਲੂਆਂ ਦੀ ਟੈਸਟ ਜਿਹੜੀ ਹੈ ਨਾ ਤੁਸੀਂ ਚੈੱਕ ਕਰੋ ਬੜੇ ਮਜ਼ੇ ਦੇ ਆਲੂ ਛੋਰੇ ਵਾਲੇ ਬਣੇ ਆ ਮਾਸ਼ਾਲਾ ਖੁਸ਼ਬੂ ਆਈ ਆ ਖੁਸ਼ਬੂ ਮਾਸ਼ਾਲਾ ਬਹੁਤ ਅੱਛੀ ਜੀ ਮਾਸ਼ਾਲਾ ਸਾਲਣ ਸਾਡਾ ਤਿਆਰ ਹੋ ਗਿਆ ਵਾ ਪਤਾ ਨਹੀਂ ਟਾਈਮ ਕੀ ਹੋਇਆ ਅਤੇ ਛੋਰੇ ਵਾਲੇ ਆਲੂ ਬਣ ਗਏ ਆ ਅਤੇ ਹੁਣ ਨਾ ਰੋਟੀ ਜਿਹੜੀ ਆ ਨਾ ਉਹ ਤੰਦੂਰ ਤੋਂ ਲੈ ਕੇ ਆਵਾਂਗੇ ਅਤੇ ਆਪ ਹੀ ਖਾਵਾਂਗੇ ਨਾਲੇ ਰੰਗ ਵਾਲੇ ਭਾਈ ਹੋਰਾਂ ਨੂੰ ਵੀ ਰੋਟੀ ਖਾਵਾਂਗੇ ਅਸੀਂ ਜੀ ਜਿਹੜਾ ਕੰਮ ਵੀ ਸ਼ੁਰੂ ਕਰੀਏ ਨਾ ਅਤੇ ਬਾਰਿਸ਼ ਨਾ ਹਨੇਰੀ ਪਹਿਲੇ ਆ ਜਾਂਦੀ ਹੈ ਅਸੀਂ ਕੰਮ ਛੇੜ ਲਿਆ ਰੰਗ ਦਾ ਅਤੇ ਨਾਲ ਹੀ ਨਾ ਇੱਧਰੋਂ ਬੱਦਲ ਆ ਕੇ ਮੈਂ ਤਾਂ ਨੀਚੇ ਸਾਲਣ ਬਣਾਉਂਦੀ ਸੀਗੀ ਅਤੇ ਮੈਨੂੰ ਆਵਾਜ਼ ਮਾਰੀ ਬਿਲਾਲ ਦੇ ਪਾਪਾ ਨੇ ਕਹਿੰਦੇ ਸੀ ਜਲਦੀ ਆ ਬਾਰਿਸ਼ ਕਣੀਆਂ ਕੁਛ ਥੋੜ੍ਹੀਆਂ ਬਹੁਤੀਆਂ ਪਈਆਂ ਸਾਰਾ ਸਮਾਨ ਸਾਡਾ ਨਾ ਬਾਹਰ ਹੀ ਖਿਲ ਗਿਆ ਪਿਆ ਇੱਧਰ ਵਾਲੇ ਸਾਈਡ ਤੇ ਨਾ ਬਾਰਿਸ਼ ਪੈ ਰਹੀ ਹਾਂ ਬਾਰਿਸ਼ ਤੇ ਦੂਰ ਆ ਮਾਲੀਏ ਜੀ ਕੱਲ੍ਹ ਮਹਿਮਾਨ ਆਏ ਸੀ ਜਿਹੜੇ ਮਹਿਮਾਨ ਆਏ ਆ ਉਹਨਾਂ 'ਤੇ ਹੀ ਬਾਰਿਸ਼ ਪੈਂਦੀ ਆ ਉਹਨਾਂ 'ਤੇ ਹੀ ਪਵੇ ਸਾਡੇ ਵਾਲੇ ਪਾਸੇ ਉਹਨਾਂ ਤੀਕਰ ਨਾ ਆਵੇ ਜਿੰਨੇ ਤੀਕਰ ਸਾਡਾ ਕੰਮ ਜਾਂਦਾ ਇਹ ਛੱਤਾਂ ਦਾ ਇੱਕ ਕੋਡ ਹੋ ਗਿਆ ਦੇਖ ਲਾ ਦੂਸਰਾ ਜਿਹੜਾ ਵਾ ਨਾ ਹੁਣ ਸ਼ੁਰੂ ਕਰਨਾ ਵਾ ਉਹਨਾਂ ਨੂੰ ਅੱਛਾ ਇਹਨਾਂ ਦਾ ਰਿਜ਼ਲਟ ਹੁਣ ਆਏਗਾ ਜਿਹੜੀਆਂ ਛੱਤਾਂ ਅਸੀਂ ਲਵਾਈਆਂ ਨਾ ਤੇ ਮਾਸ਼ਾਅੱਲਾ ਤੇਰੇ ਕਜ਼ਨ ਨੇ ਕੰਮ ਅੱਛਾ ਕੀਤਾ ਕੰਮ ਤਾਂ ਠੀਕ ਆ ਜਿਹੜਾ ਮੇਰਾ ਜਵਾਈ ਹੈ ਨਾ ਉਹ ਮਿੰਟ ਲਾਉਂਦਾ ਵਾ ਛੱਤਾਂ ਉਹ ਕੰਮ ਖਰਾਬ ਕਰਦਾ ਵਾ ਉਹਦੇ ਕੰਮ ਇੱਥੇ ਹੀ ਉਹ ਤੇਜ਼ੀ ਨਾਲ ਕੰਮ ਕਰਦਾ ਵਾ ਤੇ ਸਾਦਗੀ ਦੇ ਵਿੱਚ ਬਿਲਕੁਲ ਤੇ ਇਹ ਇਹਦਾ ਉਹਦਾ ਭਰਾ ਵਾ ਦੋਨੇ ਭਰਾ ਸੀਲਨ ਦਾ ਕੰਮ ਕਰਦੇ ਆ ਉਸ ਤੋਂ ਬੜਾ ਮਾਸ਼ਾਅੱਲਾ ਡਿਜ਼ਾਈਨ ਖੂਬਸੂਰਤੀ ਹਰ ਚੀਜ਼ ਉਹ ਨਾ ਬਹੁਤ ਅੱਛੇ ਤਰੀਕੇ ਨਾਲ ਦਿੰਦਾ ਵਾ ਹੁਣ ਸਾਡੀਆਂ ਛੱਤਾਂ ਨਾ ਉਹਨਾਂ ਨੇ ਲਾਈਆਂ ਸੀ ਤੇ ਹੁਣ ਰੰਗ ਰੂੰਗ ਹੋਏਗਾ ਨਾ ਤੇ ਫਿਰ ਬੜੇ ਪਿਆਰੇ ਲੱਗਣਗੇ ਹਨਾ ਹਾਂ ਪੱਖੇ ਵੀ ਆਪਣੇ ਸਾਫ਼ ਕਰਨ ਵਾਲੇ ਹੈਗੇ ਆ ਇੱਕ ਵਾਰੀ ਰੰਗ ਰੂੰਗ ਹੋ ਜਾਵੇ ਫਿਰ ਕੋਈ ਨਾ ਰੰਗ ਹੋ ਜਾਵੇ ਫਿਰ ਕਰਾਂਗੇ
ਮਾਸ਼ਾਅੱਲਾ ਸਾਡੇ ਨਾ ਫੁੱਲ ਦੇਖੋ ਕਿੱਦਾਂ ਇਸ ਟਾਈਮ ਖਿੜ ਜਾਂਦੇ ਆ। ਉਹ ਦੋਵਾਂ ਦੇ ਨਹੀਂ ਖਿੜੇ, ਆ ਖਿੜੇ ਆ, ਕੱਲ ਸਾਰੇ ਖਿੜੇ ਸੀਗੇ। ਇਹ ਬੱਤੀ ਦੇ ਮਾਲਾ ਜੀ ਰੰਗ ਵਾਲੇ ਭਾਈ ਇੰਨਾ ਰੋਟੀ ਜਿਹੜੀ ਆ ਨਾ ਉਹਨੇ ਪਾਤੀ ਆ। ਰੰਗ ਵਾਲੇ ਬਾਈਆਂ ਨੂੰ ਵੀ ਰੋਟੀ ਦਿੱਤੀ, ਅਸੀਂ ਆਪ ਰੋਟੀ ਖਾ ਲਈ ਆ ਤੇ ਉਹ ਤੇ ਮੈਂ ਰੋਟੀ ਖਾਣ ਤੋਂ ਪਹਿਲਾਂ ਤੁਹਾਨੂੰ ਸੁਲਾ ਨਹੀਂ ਮਾਰੀ, ਲੇਕਿਨ ਹੁਣ ਸੁਲਾ ਮਾਰਦੀ ਹਾਂ। ਮਾਸ਼ਾਅੱਲਾ ਰੋਟੀ ਵੀ ਬਹੁਤ ਆ, ਸਾਲਣ ਵੀ ਬਹੁਤ ਆ। ਜਿਹਨੇ ਸਾਡੇ ਨਾਲ ਰੋਟੀ ਖਾਣੀ ਆ ਸ਼ੋਰਵੇ ਵਾਲੇ ਆਲੂ ਦੇ ਨਾਲ ਤੇ ਆਣ ਕੇ ਸਾਡੇ ਨਾਲ ਖਾ ਸਕਦੇ ਆ। ਇਸ ਵੀਡੀਓ ਦਾ ਮੈਂ ਇੱਥੇ ਐਂਡ ਕਰਾਂਗੀ ਅੱਜ ਦਾ ਵੱਲੋਂ ਮੇਰਾ ਇਹ ਸੀ। ਅਗਰ ਮੇਰਾ ਵੱਲੋਂ ਪਸੰਦ ਆਇਆ ਹੋਵੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੇ, ਲਾਈਕ ਕਰੇ, ਸ਼ੇਅਰ ਜ਼ਰੂਰ ਕਰੇ। ਇਸੇ ਦੇ ਨਾਲ ਆਪਣੀ ਭੈਣ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।